ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਏ ਦਰਸਾਇਆ ਕਿ ਇਹ ਤਰੇ ਗੱਲਾਂ ਜਿਹੜੀਆਂ ਹਨ ਉਹ ਪੱਲੇ ਬੰਨਣ ਵਾਲੀਆਂ ਹਨ ਕਿਉਂਕਿ ਇਹ ਸਾਨੂੰ ਸੁਖੀ ਮਨ ਵਾਲੇ ਬਣਾ ਦਿੰਦੀਆਂ ਹਨ ਤੇ ਉਹਨਾਂ ਤਿੰਨਾਂ ਗੱਲਾਂ ਦਾ ਫਿਰ ਵਿਸਥਾਰ ਦਿੱਤਾ ਹੈ ਸਿਰਲੇਖ ਹੈ ਨਿਰਵਿਗਨ ਰਸਤਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਤ੍ਰੈ ਗੱਲਾਂ ਪੱਲੇ ਬੰਨਣ ਵਾਲੀਆਂ ਹਨ ਪਹਿਲਾ ਨਾਮ ਵਿੱਚ ਲਿਵ ਲਾਉਣੀ ਦੂਸਰਾ ਹੋਮੈ ਜਿਤਣੀ ਤੇ ਤੀਸਰਾ ਭਾਣੇ ਵਿੱਚ ਸੁਖ ਮਨਾਉਣਾ ਨਾਮ ਬਿਨਾਂ ਗਤੀ ਨਹੀਂ ਹੈ ਇਹੋ ਹੀ ਸੁਖਮ ਤੇ ਨਿਰਵਿਗਨ ਤੋਂ ਨਿਰਵਿਗਨ ਰਸਤਾ ਹੈ ਨਾਮ ਜਪੋ ਜਪਦਿਆਂ ਸਿਮਰਨ ਹੋ ਜਾਏਗਾ ਸਿਮਰਨ ਮਨ ਪ੍ਰਾਣ ਤੇ ਸਰੀਰ ਵਿੱਚ ਵਸ ਜਾਵੇਗਾ ਇਸ ਵੀ ਟਿੱਕਿਆਂ ਤੇ ਇਸ ਪ੍ਰਵਾਹ ਵਿੱਚ ਟੁਰਦਿਆਂ ਮੋਹ ਮਾਇਆ ਕਟੀ ਜਾਏਗੀ ਤੇ ਸਾਈਂ ਦਾ ਪਿਆਰ ਜਾਗੇਗਾ ਸੁਰਤ ਸਾਈਂ ਰੁਖੀ ਹੋ ਜਾਏਗੀ ਬਾਹਰ ਵੱਲੋਂ ਮਨ ਦਾ ਧਾਵਨਾ ਮਰਿਆਦਾ ਵਿੱਚ ਆਉਂਦਾ ਜਾਏਗਾ ਇੰਦਰੇ ਮਨ ਦੇ ਵਸ ਵਿੱਚ ਰਹਿਣਗੇ ਖਿੱਚੋ ਤਾਣ ਛੱਡਣਗੇ ਮਨ ਅੰਦਰ ਜਾਗ ਪਈ ਉੱਚੀ ਬੁੱਧੀ ਦੇ ਹੇਠ ਟੁਰਨ ਲੱਗ ਪਏਗਾ ਬੁੱਧੀ ਨਿਰਮਲ ਹੋ ਕੇ ਨਿਰੰਕਾਰ ਦੀ ਅਗਵਾਨੀ ਵਿੱਚ ਆਵੇਗੀ ਆਪੇ ਤੇ ਕਾਬੂ ਵਧੇਗਾ ਪਰ ਨਾਲ ਬਾਣੀ ਦਾ ਅਭਿਆਸ ਰੱਖੋ ਬਾਣੀ ਗਾਵੋ ਵਿਚਾਰੋ ਬੁੱਧੀ ਉਸ ਨਾਲ ਵਿਵੇਚਨਾ ਵਿੱਚ ਜਾਏਗੀ ਮਨ ਟਕੇਗਾ ਤੇ ਠੰਡ ਵਰਤੇਗੀ ਬਾਣੀ ਦੇ ਅਭਿਆਸ ਨਾਲ ਨਾਮ ਦੀ ਕੀਮਤ ਦੀ ਸੋਝੀ ਤੇ ਨਾਮ ਵਿੱਚ ਰੁਚੀ ਵੱਧਦੀ ਹੈ ਕਿਸੇ ਵੇਲੇ ਨਾਮ ਤੋਂ ਉਖੜਿਆ ਤੇ ਤੋਟ ਪੈਣ ਵੇਲੇ ਬਾਣੀ ਰੱਖਿਆ ਕਰਦੀ ਹੈ ਇਹ ਬਾਣੀ ਗੁਰੂ ਅਕਾਲ ਪੁਰਖ ਦੀ ਹੈ ਇਹ ਤੁਰੋਂ ਆਈ ਹੈ ਇਹ ਤੁਰ ਨੂੰ ਲੈ ਤੁਰੇਗੀ ਇਹ ਤੁਰ ਨੂੰ ਅਪੜਾਵੇਗੀ ਬਾਣੀ ਮਨੋਂ ਦਾਇਰਾ ਹੈ ਗੁਲਿਆਈ ਤੇ ਨਾਮ ਮਨੋਂ ਨੁਕਤਾ ਹੈ ਵਿਚਲਾ ਮਰਕਜ਼ ਇਹ ਤਾਂ ਹੈ ਨਾਮ ਦਾ ਸਾਧਨ ਦੂਜੀ ਗੱਲ ਇਹ ਸਮਝਣ ਵਾਲੀ ਹੈ ਕਿ ਸਾਨੂੰ ਸਾਡੇ ਮੂਲ ਤੋਂ ਨਿਖੇੜਨ ਹਾਰ ਹੈ ਸਾਡੇ ਅੰਦਰ ਵਹਿ ਰਹੀ ਹਾਂ ਇਸ ਨੂੰ ਅਸਾਂ ਆਪੇ ਤੋਂ ਨਿਖੇੜ ਵੱਖਰਾ ਕਰਕੇ ਵੇਖਣਾ ਹੈ ਇੱਕ ਪਾਸੇ ਤਾਂ ਬਾਣੀ ਤੇ ਨਾਮ ਸਾਨੂੰ ਅੰਤਰਮੁਖ ਕਰਨਗੇ ਦੂਜੇ ਪਾਸੇ ਸਾਡੀ ਇਹ ਵਿਚਾਰ ਕੇ ਹਾਂ ਸਾਰੇ ਬੰਦਨਾ ਦਾ ਮੂਲ ਹੈ ਤੇ ਇਹ ਯਤਨ ਕੇ ਇਸ ਨੂੰ ਵੇਖਣਾ ਹੈ ਤੇ ਇਸ ਤੋਂ ਨਿਖਣਵਾ ਰੁਖ ਲੈਣਾ ਹੈ ਸਾਨੂੰ ਸੱਚ ਪਰ ਲੈ ਜਾਏਗੀ ਜੀਵ ਦੇ ਅੰਦਰ ਹਾਂ ਮੈਂ ਹਾਂ ਦਾ ਰੂਪ ਧਾਰ ਕੇ ਅਭਿਮਾਨ ਵਿੱਚ ਆਉਂਦੀ ਹੈ ਸਾਈਂ ਵਿੱਚ ਤੇ ਜੀਵ ਵਿੱਚ ਪਰਦਾ ਤਾਣ ਦੀ ਹੈ ਭੁੱਲ ਦਾ ਹਉ ਮਨ ਨੂੰ ਬਾਹਰ ਨੂੰ ਰੁਖ ਦਿੰਦੀ ਹੈ ਤੇ ਮੈਂ ਮੇਰੀ ਵਿੱਚ ਆਪਣੇ ਆਪ ਨੂੰ ਪਸਾਰਦੀ ਹੈ ਦੇਖੋ ਜਦ ਜੀਵ ਆਕੜ ਦਾ ਤੇ ਹੰਕਾਰ ਦਾ ਹੈ ਤਾਂ ਹਉ ਆਪਣੇ ਆਪ ਨੂੰ ਮੈਂ ਵਿੱਚ ਹੰਕਾਰ ਵੀ ਦਿਖਾਲ ਰਹੀ ਹੈ ਜਦੋਂ ਲੈਂਦਾ ਹੈ ਧਾਉਂਦਾ ਹੈ ਲੈ ਕੇ ਖੁਸ਼ ਹੁੰਦਾ ਹੈ ਮਾਣਦਾ ਹੈ ਭੋਗਦਾ ਹੈ ਅਰਥਾ ਜਦੋਂ ਇਸ ਨੂੰ ਇਸ ਦੀ ਮੇਰੀ ਦੀ ਪੂਰਨਤਾ ਦਾ ਸਾਮਾਨ ਲੋੜੀਂਦਾ ਹੈ ਜਾਂ ਲੱਜਦਾ ਹੈ ਤਾਂ ਉਹ ਹਉ ਹੌ ਕਾਮਨਾ ਬਣ ਜਾਂਦੀ ਹੈ ਕਦੇ ਭੋਗ ਦਾ ਰੂਪ ਧਾਰਦੀ ਹੈ ਕਦੇ ਲੋਭ ਦਾ ਕਦੇ ਮੋਹ ਦਾ ਫਿਰ ਜਦੋਂ ਅਹੰਕਾਰ ਨੂੰ ਠੋਕਰ ਵੱਜੇ ਤਾਂ ਇਹ ਕ੍ਰੋਧ ਬਣ ਕੇ ਪ੍ਰਗਟਦੀ ਹੈ ਜੇ ਇਹ ਕ੍ਰੋਧ ਕੁਝ ਸਾਰ ਨਾ ਸਕੇ ਤਾਂ ਫਿਰ ਕ੍ਰੋਧ ਜਲਨ ਸਾੜਾ ਤੇ ਈਰਖਾ ਬਣ ਜਾਂਦੀ ਹੈ ਸੋ ਇਹ ਹਉ ਹੀ ਸਭੋ ਕੁਝ ਬਣਦੀ ਹੈ ਇਸ ਕਰਕੇ ਹਉਮੈ ਹੀ ਬੰਧਨ ਰੂਪ ਹੈ ਜੰਮਣ ਮਰਨ ਸਾਰੇ ਖੇਲ ਮਾਇਆ ਦੇ ਇਸੇ ਵਿੱਚ ਹੋ ਰਹੇ ਹਨ ਇਸੇ ਹੌਂ ਦੀ ਸੋਜੀ ਦਰ ਦੀ ਸੋਜੀ ਅਗੇ ਤਣਿਆ ਹੋਇਆ ਪਰਦਾ ਉਤਾਰ ਦਿੰਦੀ ਹੈ। ਇਹ ਹੀ ਮਨੋ ਰੋਗ ਰੂਪ ਹੈ। ਦੂਰ ਹੋਵੇਗੀ ਇਨਨਾਮ ਦੀ ਕਮਾਈ ਨਾਲ। ਪਰ ਇਸ ਦੀ ਇਹ ਸਮਝ ਨਾਮ ਅਭਿਆਸ ਦੇ ਨਾਲ ਨਾਲ ਹੀ ਰੱਖੀਦੀ ਹੈ। ਕਿਉਂਕਿ ਸਤਸੰਗ ਦੇ ਕਰਮਾ ਵਿੱਚ ਵੀ ਆ ਕੇ ਵਿਗਨਕਾਰੀ ਆਉਂਦੀ ਹੈ ਤੇ ਨਾਮ ਜਪਣ ਦੇ ਰਸਤੇ ਵਿੱਚ ਰੋਕਾਂ ਪਾਉਂਦੀ ਹੈ। ਨਾਮ ਨਾਲ ਪ੍ਰਾਪਤ ਮਨ ਦੀ ਨਿਰਮਲਤਾਈ ਵਿੱਚ ਵੀ ਮੈਂ ਗਿਆਨੀ ਮੈਂ ਤਪੀ ਮੈਂ ਅਭਿਆਸੀ ਦੇ ਭਾਅ ਖੜੇ ਕਰਦੀ ਹੈ ਇਸ ਕਰਕੇ ਹਉਮੈ ਦੇ ਰੂਪ ਆ ਆ ਹਨ ਤੇ ਇਹਨਾਂ ਤੋਂ ਭੁਲੇਖਾ ਟਪਲਾ ਨਹੀਂ ਖਾਣਾ ਇਹ ਸਾਵਧਾਨਤਾ ਰੱਖਣੀ ਹੈ ਗੱਲ ਕੀ ਹਉਮੈ ਜਾਣਨੀ ਹੈ ਤੇ ਜਿਤਣੀ ਹੈ ਤੀਸਰੇ ਗਲ ਹੈ ਪਾਣਾ ਮੰਨਣਾ ਜਗਤ ਵਿੱਚ ਵਸਦੇ ਹਾਂ ਦੁੱਖ ਸੁੱਖ ਵਾਪਰਦੇ ਹਾਂ ਹਰ ਅਕਸ਼ੋਕ ਆਉਂਦੇ ਹਨ ਇਹਨਾਂ ਦੀ ਠੋਕਰ ਅੰਦਰ ਡੂੰਗੀ ਜਾਂਦੀ ਹੈ ਅਸਲ ਵਿੱਚ ਤਾਂ ਇਹ ਠੋਕਰ ਹਉਮੈ ਨੂੰ ਲੱਗਦੀ ਹੈ ਜਿਸ ਵਿੱਚ ਮੈਂ ਮੇਰੀ ਦਾ ਨਿਵਾਸ ਹੈ ਮੈਨੂੰ ਜਦੋਂ ਮੇਰੀ ਦੀ ਪ੍ਰਾਪਤੀ ਵਿੱਚ ਰੋਕ ਪਵੇ ਜਾਂ ਪ੍ਰਾਪਤ ਖੁੱਸੇ ਤਦੋਂ ਇਹ ਦੁਖੀ ਹੁੰਦੀ ਹੈ ਸੋ ਜਦੋਂ ਹੋਣੀਆਂ ਵਾਪਰ ਕੇ ਮੇਰੀ ਦੇ ਪਦਾਰਥ ਵਿਣਸਦੇ ਜਾਂ ਵਿਛੜਦੇ ਹਨ ਉਸ ਵੇਲੇ ਜੋ ਇਸ ਨੂੰ ਪਾਣਾ ਕਰਕੇ ਮੰਦਾ ਹੈ ਉਹ ਠੋਕਰ ਨਹੀਂ ਖਾਂਦਾ ਤੇ ਹਉਮੈ ਤੋਂ ਨਿਖੇੜਾ ਪਾਉਂਦਾ ਹੈ ਜਿਨ੍ਹਾਂ ਪਦਾਰਥਾਂ ਤੇ ਮੋਹ ਵਾਲੇ ਆਪਣੀਆਂ ਨੇ ਰਹਿਣਾ ਨਹੀਂ ਜੋ ਕਦੇ ਸਾਡੇ ਪਾਸ ਨਹੀਂ ਸਨ ਜੋ ਮਿਲੇ ਸੰ ਤੇ ਵਿਛੜਨਗੇ ਉਹ ਕਦੇ ਵੀ ਸਾਡੇ ਨਹੀਂ ਸਨ ਉਹਨਾਂ ਵਿੱਚ ਕਾਹਦੀ ਤ੍ਰਿਸ਼ਨਾ ਤੇ ਕਾਹਦਾ ਜਕਣਵਾਮੋ ਆਏ ਹੁਕਮ ਵਿੱਚ ਗਏ ਹੁਕਮ ਵਿੱਚ ਅਸੀਂ ਨਿਰੰਕਾਰ ਦੇ ਤੇ ਨਿਰੰਕਾਰ ਸਾਡਾ ਅੰਦਰ ਜਿਸ ਨਾਲ ਲਿਵ ਦੁਆਰਾ ਮਿਲ ਰਹੇ ਹਾਂ ਇਸ ਬਾਹਰ ਦੇ ਆਉਣ ਪ੍ਰਾਪਤ ਹੋਣ ਅਰ ਵਿਛੜਨ ਤੇ ਵਿਣਸਣ ਦਾ ਸਾਨੂੰ ਲੇਪ ਕਿਉਂ ਜੋ ਹੋ ਰਿਹਾ ਹੈ ਹੁਕਮ ਵਿੱਚ ਹੋ ਰਿਹਾ ਹੈ ਹਾਂ ਹੋਮੇ ਵਿੱਚ ਕੀਤੇ ਕਰਮ ਅਨਸਾਰ ਧਰੋਂ ਹੋ ਗਏ ਹੁਕਮਾਂ ਵਿੱਚ ਹੋ ਰਿਹਾ ਹੈ ਸਾਡਾ ਪਿਆਰਾ ਰੱਬ ਹੈ ਉਹ ਜੋ ਕੁਝ ਅਸਾਂ ਲਈ ਕਰਦਾ ਹੈ ਭਲਾ ਹੈ ਸਾਡਾ ਪਿਆਰ ਦਾਤੇ ਨਾਲ ਹੈ ਦਾਤਾ ਨਾਲ ਨਹੀਂ ਦਾਤਾ ਦੇਣ ਲੈਣ ਵਾਲਾ ਆਪ ਹੈ ਅਸੀਂ ਸਦਾ ਉਸ ਨਿਰੰਕਾਰ ਨਾਲ ਲੱਗੇ ਰਹੀਏ ਐਵੇਂ ਦੀ ਵਿਚਾਰ ਦੁੱਖ ਸੁੱਖ ਵਾਪਰਨ ਵੱਲ ਜਦੋਂ ਹੋਮੇ ਜ਼ੋਰ ਪਕੜਦੀ ਹੈ ਚਾਹੋ ਹੰਕਾਰ ਦਾ ਚਾਹੋ ਕ੍ਰੋਧ ਦਾ ਚਾਹੋ ਟੋਆ ਖਾਂਦੀ ਹੈ ਗਮ ਚਿੰਤਾ ਦਾ ਤਦੋਂ ਸਿਮਰਨ ਦੇ ਪਰਵਾ ਤੇ ਲਿਵ ਦੀ ਧਾਰਾ ਨੂੰ ਟੁੱਟਣ ਨਹੀਂ ਦਿੰਦੀ ਇਹ ਤ੍ਰੈਗਲਾਂ ਸੁਖੀ ਮਾਨ ਵਾਲੇ ਬਣਾ ਦਿੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ